ਖੁਸ਼ਾਮਦੀਨ ਆਦਾਬ ਨਮਸਤੇ ਤੇ ਸਲਾਮ ਜੀ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੇ ਮੈਂ ਤੁਹਾਡਾ ਆਪਣਾ ਹੋਸਟ ਸੁਖਾ ਨੂਰਮਹਲੀਆ ਲੈ ਕੇ ਹਾਜ਼ਰ ਹਾਂ ਜੀ ਬੜਾ ਪਿਆਰਾ ਜਿਹਾ ਪ੍ਰੋਗਰਾਮ ਖੱਟੀਆਂ ਮਿੱਠੀਆਂ ਯਾਦਾਂ ਤੇ ਜਿਵੇਂ ਕਿ ਪ੍ਰੋਗਰਾਮ ਦਾ ਨਾਮ ਖੱਟੀਆਂ ਮਿੱਠੀਆਂ ਯਾਦਾਂ ਹੈ ਤੇ ਸੋ ਜਿੰਨੇ ਵੀ ਸਾਡੇ ਨਾਲ ਆਰਟਿਸਟ ਆਉਣਗੇ ਅਸੀਂ ਸਾਰਿਆਂ ਦੇ ਜੀਵਨ ਦੇ ਇੱਕ ਝਾਤ ਮਾਰਾਂਗੇ ਕਿਉਂਕਿ ਹਰੇਕ ਦੇ ਜੀਵਨ ਦੇ ਵਿੱਚ ਕੁਝ ਨਾ ਕੁਝ ਖੱਟੀਆਂ ਮਿੱਠੀਆਂ ਯਾਦਾਂ ਜ਼ਰੂਰ ਹੁੰਦੀਆਂ ਹੈ ਸੋ ਅੱਜ ਖੱਟੀਆਂ ਮਿੱਠੀਆਂ ਯਾਦਾਂ ਤਾਜ਼ੀਆਂ ਕਰਨ ਲਈ ਸਾਡੇ ਕੋਲ ਪਹੁੰਚੇ ਨੇ ਡਾਕਟਰ ਕੁਲਦੀਪ ਸੰਧੂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਡੇ ਅਮੇਜ਼ਿੰਗ ਟੀਵੀ ਸਟੂਡੀਓ ਵਿੱਚ ਤੇ ਨਿੱਕਾ ਜਿਹਾ ਸਵਾਗਤ ਕਰਦੇ ਹਾਂ ਤੁਹਾਡਾ। ਥੈਂਕ ਯੂ ਸੋ ਮੱਚ ਵਾਂਸ ਅਗੇਨ। ਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਤੁਹਾਡਾ ਨਾਮ ਮੈਂ ਸਰਚ ਕੀਤਾ ਤੇ ਮੈਨੂੰ ਕਾਫੀ ਸਾਰੇ ਨਾਮ ਜਿੱਦਾਂ ਤੁਹਾਡੇ ਮਿਲੇ ਆ, ਡਾਕਟਰ ਕੁਲਦੀਪ ਸੰਧੂ ਜੀ, ਕੁਲਦੀਪ ਕੌਰ ਜੀ, ਸੋ ਮੈਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਤੁਹਾਡਾ ਅਸਲੀ ਨਾਮ ਜਿਹੜਾ ਪ੍ਰੋਫੈਸ਼ਨ ਤੌਰ ਤੇ ਐਜ਼ ਅ ਸਿੰਗਰ ਉਹ ਕਿਸ ਨਾਮ ਨਾਲ ਚੱਲ ਰਿਹਾ ਜੀ? ਪਹਿਲੇ ਮੇਰਾ ਨਾਮ ਕੁਲਦੀਪ ਸੰਧੂ ਤੇ ਚੱਲ ਰਿਹਾ ਸੀਗਾ। ਆਫਟਰ ਦੈਟ ਕਿਉਂਕਿ ਕੁਲਦੀਪ ਸੰਧੂ ਜਦੋਂ ਅਸੀਂ ਸਰਚ ਕਰਦੇ ਸੀ ਯੂਟਿਊਬ ਤੇ ਤੇ ਕਾਫੀ ਸਾਰੇ ਨਾਮ ਉੱਤੇ ਸ਼ੋਅ ਹੁੰਦੇ ਸੀਗੇ ਜੀ, ਇਸ ਲਈ ਮੈਂ ਫਿਰ ਆਫਟਰ ਮੈਂ PhD ਕਰ ਲਈ ਮਿਊਜ਼ਿਕ 'ਚ ਤੇ ਮੈਨੂੰ ਇੱਕ ਨਵਾਂ ਨਾਮ ਦਿੱਤਾ ਮੇਰੇ ਜਿਹੜੇ ਮੈਨੂੰ ਮਿਊਜ਼ਿਕ ਫੀਲਡ 'ਚ ਵੀ ਔਰ ਮੇਰੇ ਸਾਹਿਤ ਦੇ ਫੀਲਡ ਵਿੱਚ ਵੀ ਜਿਹੜੇ ਮੈਨੂੰ ਗਾਈਡ ਕਰਦੇ ਆ ਸਰਦਾਰ ਤਲਵਿੰਦਰ ਸਿੰਘ ਢਿੱਲੋਂ ਜੀ, ਉਹਨਾਂ ਨੇ ਮੈਨੂੰ ਇੱਕ ਨਵਾਂ ਨਾਮ ਦਿੱਤਾ ਡਾਕਟਰ ਕੇ ਕੌਰ ਦੇ ਜੀ। ਸੋ ਹੁਣ ਮੇਰੇ ਸਾਰੇ ਜਿੰਨੇ ਵੀ ਨਵੇਂ ਟਰੈਕ ਆਣਗੇ ਡਾਕਟਰ ਕੇ ਕੌਰ ਦੇ ਨਾਮ ਤੇ ਆਣਗੇ ਜੀ। ਤੇ ਜਿਵੇਂ ਤੁਸੀਂ ਗੱਲ ਕੀਤੀ ਮੈਡਮ PhD ਦੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਕਿਹੜੀ ਯੂਨੀਵਰਸਿਟੀ ਤੋਂ ਤੁਸੀਂ ਜਿਹੜੀ PhD ਕੀਤੀ ਆ ਔਰ ਇਹ ਜਿਹੜੀ PhD ਆ ਤੁਸੀਂ ਕਿਸ ਚੀਜ਼ ਨਾਲ ਰਿਲੇਟਡ ਕੀਤੀ ਆ ਜੀ? ਹਾਂਜੀ, ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਿਊਜ਼ਿਕ 'ਚ PhD ਕੀਤੀ ਹੈ ਔਰ ਮੇਰਾ ਟੌਪਿਕ ਰਿਹਾ ਹੈ ਪਦਮ ਸ਼੍ਰੀ ਹੰਸ ਰਾਜ ਹੰਸ ਜੀ ਦੀਆਂ ਗਾਇਨ ਸ਼ੈਲੀਆਂ ਔਰ ਸੂਫੀ ਗਾਇਨ ਦੀ। ਵਾਹ ਜੀ ਵਾਹ ਵਾਹ, ਕੀ ਬਾਤ! ਜਿਵੇਂ ਕਿ ਗੱਲ ਹੁਣ ਸੂਫੀ ਦੀ ਹੋਈ ਆ ਤੇ ਮੈਂ ਚਾਹੂੰਗਾ ਕਿ ਸੂਫੀ ਤੁਸੀਂ ਥੋੜਾ ਜਿਹਾ ਕੁਛ ਜੀ ਜ਼ਰੂਰ। ਬਾਹੂ ਹੈ ਸੁਲਤਾਨ ਬਾਹੂ ਜੀ ਦੀ ਬਹੁਤ ਅੱਛੀ ਰਚਨਾ ਹੈ ਜੀ। ਬਾਹੂ, ਕੀ ਬਾਤ ਕੀ ਬਾਤ! ਅਲਫ ਅੱਲਾ ਚੰਬੇ ਦੀ ਬੂਟੀ ਮੇਰੇ ਮੁਰਸ਼ਿਦ ਮਨ ਵਿੱਚ ਲਈ ਨਫੀ ਅਸ਼ਫਾਤ ਦਾ ਪਾਣੀ ਮਿਲਿਆ ਜਾ ਰਗ ਰਗੇ ਹਰ ਜਾਈ ਬਹੁਤ ਸੋਹਣਾ ਬਹੁਤ ਸੋਹਣਾ ਤੁਸੀਂ ਗਾ ਰਹੇ ਹੋ ਔਰ ਦਿਲ ਨੂੰ ਇੱਕ ਸਕੂਨ ਆਉਂਦਾ ਜਦੋਂ ਤੁਸੀਂ ਗਾਇਆ, ਕੀ ਬਾਤ ਹੈ! ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਇਹ ਮਿਊਜ਼ਿਕ ਲਾਈਨ ਤੁਸੀਂ ਪਹਿਲਾਂ ਹੀ ਸੋਚਿਆ ਸੀ ਕਿ ਅਸੀਂ ਮਤਲਬ ਮਿਊਜ਼ਿਕ ਹੀ ਕਰਨਾ ਹੈ? ਬਚਪਨ 'ਚ ਮੇਰਾ ਡ੍ਰੀਮ ਸੀਗਾ ਕਿ ਮੈਂ ਪਾਇਲਟ ਬਣਨਾ। ਕੀ ਬਾਤ ਹੈ! ਔਰ ਪਾਇਲਟ ਤੋਂ ਇੱਧਰ ਤੱਕ ਦਾ ਸਫ਼ਰ ਕਿਵੇਂ ਆਇਆ ਫਿਰ? ਸਕੂਲ ਟਾਈਮ ਜਦੋਂ ਪ੍ਰੇਅਰ ਹੁੰਦੀ ਸੀ ਤੇ ਉਹਦੇ ਸਕੂਲ ਟਾਈਮ ਮੈਂ ਬੈਸਟ ਸਿੰਗਰ ਰਹਿ ਚੁੱਕੀ ਹਾਂ ਜੀ ਜੀ। ਔਰ ਮੇਰੇ ਟੀਚਰਸ ਨੇ ਮੈਨੂੰ ਗਾਈਡ ਕੀਤਾ, ਮੇਰੇ ਇੰਗਲਿਸ਼ ਵਾਲੇ ਟੀਚਰ ਸੀ ਨੀਲਮ ਮੈਡਮ, ਤੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਕੁਲਦੀਪ ਤੇਰੀ ਵੋਇਸ ਅੱਛੀ ਹੈ ਜੀ ਔਰ ਤੈਨੂੰ ਸਿੰਗਿੰਗ ਲਾਈਨ 'ਚ ਜਾਣਾ ਚਾਹੀਦਾ। ਇੰਸੀਡੈਂਟਸ ਹੋਇਆ ਸੀ ਕੁਛ ਇੱਦਾਂ ਦਾ ਕਿ ਕਲਾਸ 'ਚ ਇੱਕ ਵਾਰੀ CR ਪ੍ਰੈਜੈਂਟ ਨਹੀਂ ਸੀਗੀ ਤੇ ਔਰ ਸਾਰੇ ਬੱਚਿਆਂ ਨੂੰ ਇੱਕ ਐਕਟੀਵਿਟੀ ਦੇ ਦਿੱਤੀ ਗਈ ਕਿ ਤੁਸੀਂ ਬੱਚਿਆਂ ਨੂੰ ਇੱਕ ਤਾਂ ਆਪਣੇ ਐਕਟ ਕਰਕੇ ਦਿਖਾਉਣਾ ਹੈ ਕਿਸੇ ਵੀ ਤਰੀਕੇ ਦੇ, ਚਾਹੇ ਉਹ ਸਿੰਗਿੰਗ ਹੈ ਚਾਹੇ ਕੋਈ ਐਕਟ ਹੈ ਐਨੀ ਵਨ। ਔਰ ਉੱਥੇ ਮੈਨੂੰ ਉਹਨਾਂ ਨੇ ਕਿਹਾ ਕਿ ਮੇਰੀ ਟਰਨ ਜਦੋਂ ਆਈ ਮੈਂ ਇੱਕ ਸੌਂਗ ਗਾਇਆ ਤੇ ਕਲਾਸ ਮੇਰੀ ਜਿੰਨੀ ਵੀ ਸੀ ਬੜਾ ਸ਼ੋਰ ਕਰ ਰਹੀ ਸੀਗੀ ਹਰ ਇੱਕ ਆਈਟਮ 'ਤੇ ਜੋ ਵੀ ਕੋਈ ਪ੍ਰਜੈਂਟ ਕਰ ਰਿਹਾ ਸੀ, ਤੇ ਜਦੋਂ ਮੈਂ ਸੌਂਗ ਗਾਇਆ ਤਾਂ ਇੱਕਦਮ ਪਿੰਨ ਡ੍ਰੌਪ ਸਾਇਲੈਂਸ ਹੋ ਗਈ ਤੇ ਦੈਟ ਟਾਈਮ 'ਤੇ ਮੈਨੂੰ ਵੀ ਪਤਾ ਲੱਗਾ ਕਿ ਮੈਂ ਅੱਛਾ ਗਾ ਸਕਦੀ ਹਾਂ। ਔਰ ਇਸ ਚੀਜ਼ ਨੂੰ ਮੈਂ ਹੌਲੀ 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 ਸਾਧਨਾ ਦੇ ਦੁਆਰਾ ਕੋਸ਼ਿਸ਼ ਕੀਤਾ ਥੋੜ੍ਹਾ ਬੈਟਰ ਕਰਨ ਦਾ। ਉਦੋਂ ਤੁਸੀਂ ਕਿਹੜੀ ਕਲਾਸ 'ਚ ਸੀ ਜਦੋਂ ਤੁਸੀਂ ਪਹਿਲੀ ਵਾਰ ਸੌਂਗ ਕਹਿ ਰਹੇ ਹੋ ਗਾਇਆ? ਮੈਂ 8th ਕਲਾਸ 'ਚ ਸੀ। ਮਤਲਬ ਛੋਟੀ ਉਮਰ ਤੋਂ ਹੀ ਇੱਕ ਝਟਕਾ ਲੱਗ ਗਈ ਸਿੱਧਲੀ ਸਾਈਡ ਲਈ? ਹਾਂਜੀ। ਤੇ ਵਧੀਆ ਗੱਲ ਹੈ ਜੀ। ਔਰ ਇਹ ਟਰਨ ਬਾਈ ਟਰਨ ਟਰਨ ਬਾਈ ਟਰਨ ਇਹਦੇ ਚੱਲ ਗਿਆ ਤੇ ਫਿਰ ਤੁਸੀਂ ਮਤਲਬ ਇਨ ਦਾ ਸੈਂਸ ਵੀ ਯੂਨੀਵਰਸਿਟੀ 'ਚ ਜਦੋਂ? ਹਾਂਜੀ, ਮੈਨੂੰ ਸੀਗਾ ਕਿ ਮੈਂ +1 +2 ਆਪਣੇ ਸਕੂਲ 'ਚ ਹੀ ਕਰੂੰਗੀ ਜੀ। ਔਰ ਉੱਥੇ ਉਹਨਾਂ ਨੇ ਮੈਥਮੈਟਿਕ ਮੈਨੂੰ ਕਹਿ ਦਿੱਤਾ ਰੱਖ ਲਓ ਤੇ ਉਹਦੇ 'ਚ ਮੈਨੂੰ ਇੰਟਰਸਟ ਬਿਲਕੁਲ ਵੀ ਨਹੀਂ ਸੀਗਾ, ਟੂ ਬੀ ਵੈਰੀ ਫਰੈਂਕ, ਹੈ ਨਾ ਜੀ ਜੀ। ਤੇ ਮੈਂ ਫਿਰ ਉਸ ਦੌਰਾਨ ਮੈਂ ਕਾਲਜ ਜੁਆਇਨ ਕਰ ਲਿਆ।
ਜਿਵੇਂ ਕਿ ਮੈਡਮ ਗੱਲ ਕੀਤੀ ਆਪਾਂ ਬਚਪਨ ਦੀ, ਮੈਂ ਤੁਹਾਨੂੰ ਸਿਰਫ ਇੰਨਾ ਪੁੱਛਣਾ ਚਾਹੂੰਗਾ ਕਿ ਉਹਨਾਂ ਦਿਨਾਂ ਦੇ ਵਿੱਚ ਤੁਹਾਡਾ ਰੁਝਾਨ ਜ਼ਿਆਦਾ ਪੜ੍ਹਾਈ ਵੱਲ ਸੀ ਜਾਂ ਫਿਰ ਤੁਸੀਂ ਸ਼ਰਾਰਤੀ ਸੀ? ਮੈਂ ਸ਼ਰਾਰਤੀ ਵੀ ਸੀ ਔਰ ਪੜ੍ਹਦੀ ਹੁੰਦੀ ਸੀ, ਟਾਈਮ ਟੂ ਟਾਈਮ ਪੜ੍ਹਦੀ ਵੀ ਹੁੰਦੀ ਸੀ, ਲੇਕਿਨ ਪੇਪਰ 'ਚ ਜਦੋਂ ਮੈਨੂੰ 100 ਨੰਬਰ ਦਾ ਇੱਕ ਕੁਐਸਚਨ ਲਾਈਕ ਪੇਪਰ ਆਉਂਦਾ ਸੀਗਾ 100 ਨੰਬਰ ਦਾ, ਔਰ ਉਸ ਵਿੱਚੋਂ ਮੈਂ ਜਦੋਂ ਮੈਂ ਕਾਊਂਟ ਕਰ ਲੈਣਾ ਪੇਪਰ 'ਚ ਕਿ ਮੈਨੂੰ 35 ਜਾਂ 33 ਜਾਂ ਇੰਨੇ ਮਾਰਕਸ ਆ ਗਏ ਪਾਸ ਹੋਣ ਜੋਗੇ, ਉਸ ਤੋਂ ਬਾਅਦ ਮੈਂ ਪੇਪਰ ਉੱਥੇ ਛੱਡ ਕੇ ਆ ਜਾਣਾ ਜਿੰਨਾ ਮਰਜ਼ੀ ਹੁੰਦਾ ਸੀ, ਮਤਲਬ ਪਾਸ ਹੋਣ ਜੋਗੇ ਕਰਦੀ ਸੀ, ਤੇ ਮਤਲਬ ਮੇਰੇ ਵਰਗੀ ਸੀ? ਮੂਡੀ ਸੀ ਮੈਂ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮੂਡੀ ਮੂਡੀ ਮਤਲਬ ਮੂਡੀ ਜਿੱਦਾਂ ਇੱਕ ਤਾਂ ਮੂਡ ਹੁੰਦਾ ਵੀ ਬੰਦਾ ਪੜ੍ਹਦਾ ਆ, ਬੰਦੇ ਦਾ ਪੜ੍ਹਨ ਦਾ ਮੂਡ ਆ, ਇੱਕ ਮੂਡ ਹੁੰਦਾ ਵੀ ਪੜ੍ਹਦਾ ਨਹੀਂ ਬਸ ਉਹੀ ਕਹਿ ਦੇਣਾ ਵੀ ਮੈਂ ਮੂਡੀ ਆ। ਹੁਣ ਤੁਸੀਂ ਦੱਸੋ ਦੋਨਾਂ ਚੋਂ ਕਿਹੜੇ ਸੀ? ਨਹੀਂ ਨਹੀਂ ਇਹਨਾਂ ਦੋਨਾਂ ਚ ਮੈਂ ਇਹ ਵਾਲੀ ਕੈਟੇਗਰੀ ਚ ਨਹੀਂ ਸੀ, ਮੈਨੂੰ ਕਦੀ ਮੇਰੇ ਪੇਰੈਂਟਸ ਨੂੰ ਕਹਿਣਾ ਨਹੀਂ ਪਿਆ ਕਿ ਬੇਟੇ ਪੜ੍ਹ ਲੈ, ਮੈਂ ਆਪਣੇ ਟਾਈਮ ਟੂ ਟਾਈਮ ਆਪਣਾ ਸਾਰਾ ਕੰਮ ਕਰਦੀ ਸੀ। ਹੁਣ ਗੱਲ ਕਰੀਏ ਤੁਹਾਡੀ ਸੰਗੀਤਿਕ ਲੈਣ ਬਾਰੇ, ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਵੀ ਜਿਹੜਾ ਤੁਸੀਂ 8ਵੀਂ ਕਲਾਸ 'ਚ ਕਹਿ ਰਹੇ ਹੋ ਮੈਂ ਗਾਣਾ ਗਾਇਆ, ਉਸ ਗਾਣੇ ਦੀਆਂ 2-4 ਲਾਈਨਾਂ ਸਾਡੇ ਦਰਸ਼ਕਾਂ ਨਾਲ ਵੀ ਸਾਂਝੀਆਂ ਕਰੋ। ਉਹਨਾਂ ਦਿਨਾਂ 'ਚ ਲਿਸ਼ਕਾਰਾ ਪ੍ਰੋਗਰਾਮ ਬਹੁਤ ਹਾਈਲਾਈਟ ਸੀਗਾ ਦੂਰਦਰਸ਼ਨ ਚੈਨਲ, ਔਰ ਸੰਧੂ ਸਿਕੰਦਰ ਜੀ ਦਾ ਇੱਕ ਸੌਂਗ ਸੀਗਾ ਹੰਝੂਆਂ ਨਾਲ ਲਿਖ ਚਿੱਠੀ ਤੇਰੇ ਵੱਲ ਪਾਈ, ਤੇ ਮੈਂ ਉਦੋਂ ਉਹਨਾਂ ਨੂੰ ਬਹੁਤ ਕਾਫੀ ਸੁਣਿਆ ਮੈਂ ਬਚਪਨ 'ਚ, ਫਿਰ ਹੌਲੀ ਹੌਲੀ ਪਹਿਲਾ ਮੇਰਾ ਸੌਂਗ ਸੀਗਾ ਹੰਝੂਆਂ ਨਾਲ ਲਿਖ ਚਿੱਠੀ ਤੇਰੇ ਵੱਲ ਪਾਈ ਮੈਂ ਪੜ੍ਹ ਦੇਹੀ ਸਾਰੇ ਪੁੱਤ ਕਰ ਮੁੜੇ ਆਈ ਵੇ ਬੁੱਢੇ ਤੇਰੇ ਮਾਪਿਆਂ ਦਾ ਤੇਰੇ ਤੋਂ ਬਗੈਰ ਕੌਣ ਪੜੂੰਗਾ ਸਿਸਰ ਦਾ ਤਾਜ, ਲੋਕਾਂ ਦੇ ਤਾਂ ਬੱਚੇ ਨਿੱਤ ਵਤਨ ਆਉਂਦ ਤੇਰਾ ਉੱਡਦਾ ਨੀਚਾ ਤੇਰਾ ਜਹਾਜ਼ ਵੇ। ਕੀ ਬਾਤ ਹੈ, ਕੀ ਬਾਤ ਹੈ, ਲੋਕਾਂ ਦੇ ਤਾਂ ਬੱਚੇ ਨਿੱਤ ਬਦਲਾਂ ਨੂੰ ਆਉਂਦੀ ਤੇਰਾ ਉੱਡ ਤਾਂ ਨੀ ਚੰਦਰਾ ਜਹਾਜ਼ ਵੇ। ਕਿਆ ਬਾਤ ਹੈ ਜੀ, ਤੁਹਾਡੀ ਆਵਾਜ਼ ਸੱਚੀ ਦਿਲ ਨੂੰ ਟੁੰਬਦੀ ਆ, ਤੇ ਮੈਂ ਇੱਕ ਸਵਾਲ ਛੋਟਾ ਜਿਹਾ ਹੋਰ ਕਰੂੰਗਾ ਕਿ ਤੁਸੀਂ ਜਿਹੜਾ ਪਹਿਲਾ ਗਾਣਾ ਕੀਤਾ ਸੀ ਜੀ, ਉਹ ਤੁਸੀਂ ਮਤਲਬ ਕੀ ਸੋਚ ਕੇ ਕੀਤਾ ਸੀ, ਐਜ਼ ਏ ਸਿੰਗਰ ਸੋਚ ਕੇ ਕੀਤਾ ਸੀ ਵੀ ਮੈਂ ਇਸ ਲਾਈਨ ਦੇ ਵਿੱਚ ਐਜ਼ ਏ ਸਿੰਗਰ ਜਾਣਾ, ਜਾਂ ਸਿਰਫ ਆਪਣੇ ਸ਼ੌਂਕ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਸੀ? ਮੇਰੀ ਜਿਹੜੀ ਫੈਮਿਲੀ 'ਚ ਕੋਈ ਵੀ ਸਿੰਗਰ ਨਹੀਂ ਹੈਗਾ, ਔਰ ਜਿਹੜੀ ਤੁਸੀਂ ਗੱਲ ਕੀਤੀ ਆ ਹੁਣੀ ਕਿ ਤੁਸੀਂ ਮਿਊਜ਼ਿਕ ਨੂੰ ਕਿੱਦਾਂ ਕੀ ਸੋਚ ਕੇ ਮਤਲਬ ਪਹਿਲਾ ਗਾਣਾ ਕੀਤਾ? ਹਾਂਜੀ, ਮੈਂ ਆਪਣੇ ਸ਼ੌਂਕ ਨੂੰ ਬਰਕਰਾਰ ਰੱਖਿਆ ਜੀ ਜੀ, ਔਰ ਮੈਨੂੰ ਸ਼ੌਂਕ ਸੀਗਾ ਕਿ ਮੈਂ ਇੰਡਸਟਰੀ 'ਚ ਆਪਣਾ ਨਾਮ ਇੱਕ ਵੱਖਰਾ ਬਣਾਉਣਾ, ਲਾਈਕ ਜਿੰਨਾ ਵੀ ਮੈਂ ਗਾਇਆ ਅੱਜ ਤੱਕ ਮੇਰੇ ਜਿੰਨੇ ਵੀ ਤੁਸੀਂ ਯੂਟਿਊਬ 'ਤੇ ਜਾਂ ਅਦਰ ਚੈਨਲਸ 'ਤੇ ਜਾਂ ਕੁਛ ਮੈਂ ਲਾਈਵ ਜਿੰਨੇ ਵੀ ਸ਼ੋਅ ਕਰਦੀ ਹਾਂ ਉਹਨਾਂ 'ਤੇ ਤੁਸੀਂ ਦੇਖੋਗੇ ਕਿ ਮੇਰੀਆਂ ਜਿੰਨੀਆਂ ਵੀ ਰਚਨਾਵਾਂ ਜਿਹੜੀਆਂ ਮੈਂ ਗਾਉਂਦੀ ਹਾਂ ਉਹ ਸਾਰੀਆਂ ਸੱਭਿਆਚਾਰਕ ਔਰ ਸੂਫੀ ਹੋਣਗੀਆਂ। ਤੇ ਮੈਂ ਆਪਾਂ ਗੱਲ ਕੀਤੀ ਸੀਗੀ ਤੁਹਾਡੀ ਗਾਣੇ ਦੀ ਗੱਲ ਕਰਦੇ ਸੀ, ਤੇ ਉਹ ਤੁਹਾਡਾ ਪਹਿਲਾ ਜਿਹੜਾ ਸਿੰਗਲ ਟਰੈਕ ਆਇਆ ਸੀ ਜਾਂ ਫਿਰ ਤੁਸੀਂ ਪੂਰੀ ਐਲਬਮ ਕੀਤੀ ਸੀ? ਜੀ, ਮੈਂ ਪੂਰੀ ਐਲਬਮ ਕੀਤੀ ਸੀਗੀ, ਸਿੰਗਲ ਟਰੈਕ ਨਹੀਂ ਸੀਗਾ, ਉਹਦੇ ਵਿੱਚ ਮੇਰੇ 8 ਟਰੈਕ ਸੀਗੇ। 8 ਟਰੈਕ ਸੀ ਤੁਹਾਡੇ, ਔਰ ਤੁਹਾਨੂੰ ਜਿਹੜਾ ਟਾਈਟਲ ਸੀਗਾ ਉਹ ਸੁਰਾਂ ਦੀ ਮਹਿਫਿਲ ਸੀ, ਔਰ ਉਹਦਾ 뮤직 ਜਿਹੜਾ ਸੀ ਸੁਖਵਿੰਦਰ ਸਿੰਘ ਬੱਬਲੂ ਜੀ ਨੇ ਦਿੱਤਾ ਸੀ, ਔਰ ਬਾਲੀਵੁੱਡ ਵਾਲੇ ਸੁਣਦੇ ਜੀ ਜੀ, ਔਰ ਬਾਕੀ ਜਿਹੜੇ 7 ਗਾਣੇ ਸੀਗੇ ਉਹਨਾਂ ਦਾ 뮤직 ਆਰਦੀਪ ਨੇ ਦਿੱਤਾ ਸੀ ਜੀ 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 ਜੀ। ਤੇ ਆਰਦੀਪ ਨੇ ਇਹਨਾਂ ਨੇ ਕਿਹਾ ਕਿ 뮤직 ਦਿੱਤਾ ਸੀ, ਤੇ ਸੁਖਵਿੰਦਰ ਬੱਬਲੂ ਜੀ ਦੇ ਨਾਲ ਇਹਨਾਂ ਨੇ ਕੰਮ ਕੀਤਾ, ਔਰ ਮੈਂ ਚਾਹੂੰਗਾ ਕਿ ਜਿਹੜਾ ਤੁਸੀਂ ਪਹਿਲਾ ਉਹਦੇ ਵਿੱਚੋਂ ਤੁਹਾਨੂੰ ਲੱਗਦਾ ਕਿ ਗੀਤ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਚਾਹੀਦਾ ਉਹ ਜ਼ਰੂਰ ਸੁਣਾਓ ਜੀ। ਹਾਂਜੀ, ਟਾਈਟਲ ਟਰੈਕ ਹੀ ਹੈ ਹੋ ਅੱਜ ਸੁਰਾਂ ਦੀ ਮਹਿਫਿਲ ਲਾਉਣੀ ਮੇਰੇ ਪਿੰਡ ਦਿਆਂ ਲੋਕਾਂ, ਹੋ ਅੱਜ ਤਾਲਿਕ ਚਿਹਰੀ ਸਜਾਉਣੀ ਮੇਰੇ ਪਿੰਡ ਦਿਆਂ ਲੋਕਾਂ, ਹੋ ਅੱਜ ਸੁਰਾਂ ਦੀ ਮਹਿਫਿਲ ਲਾਉਣੀ ਮੇਰੇ ਪਿੰਡ ਦਿਆਂ ਲੋਕਾਂ। ਛੋਟਾ ਜਿਹਾ ਅੰਤਰਾ ਵੀ ਨਾਲ ਹੀ ਆ ਜੀ। ਚਾਚੇ ਚਿਮਟੇ ਵਾਲੇ ਨੇ ਅੱਜ ਚਿਮਟਾ ਹੈ ਖੜਕਾਉਣਾ, ਪਿੰਡ ਦੇ ਟੋਲੀ ਸ਼ਾਮੇ ਨੇ ਅੱਜ ਢੋਲ ਤੇ ਡਗਾ ਲਗਾਉਣਾ, ਨਾਗਣ ਵਾਲੇ ਹੋ ਨਾਗਣ ਵਾਲੇ ਵੀ
ਲੋਕਾਂ ਹੋ ਅੱਜ ਤਾਲਿਕ ਚਿਹਰੀ ਸਜਾਉਣੀ ਮੇਰੇ ਪਿੰਡ ਦਿਆਂ ਲੋਕਾਂ ਹੋ ਅੱਜ ਸੁਰਾਂ ਦੀ ਮਹਿਫਿਲ ਲਾਉਣੀ ਮੇਰੇ ਪਿੰਡ ਦਿਆਂ ਲੋਕਾਂ ਕਿਆ ਬਾਤ ਹੈ ਮੈਡਮ ਤੇ ਜਿਵੇਂ ਕਿ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਆਏ ਮਿਊਜ਼ਿਕ ਲਾਈਨ ਦੇ ਵਿੱਚ ਆਏ ਤੇ ਇਹਦੇ 'ਚ ਤੁਹਾਡਾ ਪਰਿਵਾਰ ਦਾ ਕਿੰਨਾ ਕੁ ਸਾਥ ਰਿਹਾ ਜੀ ਜਾਂ ਕਿੰਨਾ ਕਿੰਨਾ ਸੱਜਣਾ ਦਾ ਜਾਂ ਦੋਸਤਾਂ ਦਾ ਸਾਥ ਰਿਹਾ ਤੁਹਾਡਾ ਇਸ ਲਾਈਨ ਵਿੱਚ ਫੈਮਿਲੀ 'ਚੋਂ ਮੇਰੇ ਫਾਦਰ ਸਾਹਿਬ ਨੇ ਬਹੁਤ ਸਪੋਰਟ ਕੀਤੀ ਬਹੁਤ ਜ਼ਿਆਦਾ ਜੀ ਲਾਈਕ ਜਦੋਂ ਮੈਂ ਸਿੰਗਿੰਗ ਸਟਾਰਟ ਹੀ ਕੀਤੀ ਸੀ ਤੇ ਕਾਫੀ ਸਾਰੇ ਤੁਹਾਨੂੰ ਪਤਾ ਕਿ ਲੜਕੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਫੇਸ ਕਰਨੀਆਂ ਪੈਂਦੀਆਂ ਜੀ ਜੀ ਔਰ ਜਿਨ੍ਹਾਂ ਦੇ ਘਰ 'ਚ ਪਹਿਲਾਂ ਮਿਊਜ਼ਿਕ ਮਾਹੌਲ ਨਹੀਂ ਹੁੰਦਾ ਉਹਨਾਂ ਨੂੰ ਜ਼ਿਆਦਾ ਕੁਝ ਫੇਸ ਕਰਨਾ ਪੈਂਦਾ ਹੈ ਜੀ ਪਰ ਮੇਰੇ ਫਾਦਰ ਸਾਹਿਬ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਬੇਟਾ ਤੇਰਾ ਜੋ ਵੀ ਦਿਲ ਕਰਦਾ ਹੈ ਉਹ ਤੂੰ ਕਰ ਠੀਕ ਹੈ ਬਟ ਇੱਕ ਇੱਕ ਚੀਜ਼ ਹੈ ਜੇ ਜੋ ਵੀ ਚੀਜ਼ ਤੁਸੀਂ ਕਰਨੀ ਹੈ ਨਾ ਮੇਰਾ ਉਹਦੇ 'ਚ ਹਮੇਸ਼ਾ ਹਮੇਸ਼ਾ ਨਾਮ ਉੱਚਾ ਹੋਵੇ ਔਰ ਮੈਂ ਅੱਜ ਤੱਕ ਜਿੰਨਾ ਵੀ ਆਪਣਾ ਕੁਛ ਵੀ ਸੁਜੈਸ਼ਨਸ ਲੈਣੇ ਹੁੰਦੇ ਆ ਸਿੰਗਿੰਗ 'ਚ ਲੈਣੇ ਹੁੰਦੇ ਆ ਔਰ ਜਾਂ ਕੋਈ ਵੀ ਪਰਸਨਲ ਲਾਈਫ 'ਚ ਕੋਈ ਵੀ ਆਪਣੀ ਮੈਨੂੰ ਕੋਈ ਸੁਜੈਸ਼ਨ ਚਾਹੀਦੀ ਆ ਤੇ ਆਪਣੇ ਮੈਂ ਫਾਦਰ ਸਾਹਿਬ ਔਰ ਮਦਰ ਨਾਲ ਕੰਟੈਕਟ ਜ਼ਰੂਰ ਕਰਦੀ ਹਾਂ ਤੇ ਜਿਵੇਂ ਕਿ ਆਪਾਂ ਗੱਲ ਕਰਦੇ ਸੀਗੇ ਇਹਦੇ ਵਿੱਚ ਹੈਲਪ ਦੀ ਆਪਣੀ ਸਿਰਫ ਮਤਲਬ ਆਪਣੀ ਫੈਮਿਲੀ ਨੇ ਹੈਲਪ ਕੀਤੀ ਜਾਂ ਕੋਈ ਕੋਈ ਐਸਾ ਪਰਸਨ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਨੂੰ ਬਹੁਤ ਦੂਰ ਤੱਕ ਲੈ ਕੇ ਗਿਆ ਹਾਂਜੀ ਆਰ ਕੇ ਮਹਾਜਨ ਡਾਕਟਰ ਆਰ ਕੇ ਮਹਾਜਨ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੇਰੀ ਐਲਬਮ ਇਹ ਕੀਤੀ ਸੀਗੀ ਜੀ ਪਰਲਸ ਮਿਊਜ਼ਿਕ ਵੱਲੋਂ ਆਈ ਹੋਈ ਸੀ ਇਹ ਲਾਈਕ ਪਰਲਸ ਵਾਲਿਆਂ ਨੇ ਸਪੋਂਸਰ ਕੀਤੀ ਸੀ ਅੱਛਾ ਜੀ ਹਾਂਜੀ ਔਰ ਉਸ ਤੋਂ ਬਾਅਦ ਮੈਨੂੰ ਮੇਰੇ ਸਾਹਿਤ ਦੇ ਖੇਤਰ 'ਚ ਜਿਵੇਂ ਮੈਂ ਪਹਿਲਾਂ ਦੱਸਿਆ ਮੇਰੇ ਸਾਹਿਤ ਦੇ ਖੇਤਰ 'ਚ ਔਰ ਮੈਨੂੰ ਮਿਊਜ਼ਿਕ ਫੀਲਡ 'ਚ ਮੈਨੂੰ ਅੱਛੀ ਸੇਧ ਦਿੱਤੀ ਉਹਨੇ ਸਰਦਾਰ ਤਰਵਿੰਦਰ ਸਿੰਘ ਢਿੱਲੋਂ ਜੀ UK ਤੋਂ ਵੈਸੇ ਉਹ ਇੱਥੇ ਮੰਡੀ ਅਪਰਾ ਉਹਨਾਂ ਦਾ ਪਿੰਡ ਹੈ ਜਲੰਧਰ 'ਚ ਫਿਲੌਰ ਲੱਗੇ ਲੇਕਿਨ ਉਹ ਵੈਸੇ ਮਤਲਬ ਪਰਮਾਨੈਂਟਲੀ UK ਰਹਿੰਦੇ ਹੈ ਜੀ ਉਹਨਾਂ ਦਾ ਕਾਫੀ ਮੈਨੂੰ ਸਪੋਰਟ ਰਹਿੰਦਾ ਹੈ ਹਮੇਸ਼ਾ ਹੀ ਸਪੋਰਟ ਰਹਿੰਦਾ ਹੈ ਔਰ ਸਾਹਿਤਿਕ ਵੀ ਮੈਂ ਬਾਰ ਬਾਰ ਸਾਹਿਤਿਕ ਕਹਿ ਰਹੀ ਕਿਉਂਕਿ ਉਹਨਾਂ ਦੀ ਜਿਹੜੀ ਜੋ ਵੀ ਉਹ ਭਾਸ਼ਾ ਯੂਜ਼ ਕਰਦੇ ਆ ਰਾਈਟਰ ਬਹੁਤ ਅੱਛੇ ਆ ਹੁਣ ਜਿੰਨੇ ਵੀ ਮੇਰੇ ਟਰੈਕ ਆ ਰਹੇ ਆ ਲੇਟਰ ਔਨ 6 ਟਰੈਕ ਮੇਰੇ ਹੁਣ ਔਨ ਔਨ ਬਾਏ ਔਨ ਹੈ